ਭਾਰਤ ਨੂੰ ਮਿਲੀ ਆਪਣੀ ਪਹਿਲੀ ਪਾਣੀ ਦੇ ਅੰਦਰ ਚੱਲਣ ਵਾਲੀ ਮੈਟਰੋ। ਨਦੀ ਦੇ ਤਲ ਤੋਂ 32 ਮੀਟਰ ਹੇਠਾਂ ਦੌੜੇਗੀ ਇਹ ਇੰਡੀਅਨ ਮੈਟਰੋ। ਖਿੜਕੀਆਂ ਤੋਂ ਦੇਖ ਸਕੋਗੇ ਕੰਧਾਂ ਤੇ ਬਣੀਆਂ ਇਹ ਮੱਛੀਆਂ। ਸੁਰੰਗ ਅੰਦਰ ਲੱਗੀਆਂ ਲਾਈਟਾਂ ਤੁਹਾਨੂੰ ਕਰਨਗੀਆਂ ਹੈਰਾਨ। ਇੰਜੀਨੀਅਰਸ ਦੀ ਕਰੜੀ ਤਕਨੀਕ ਦੇ ਨਾਲ ਬਣੀਆਂ ਇਹ ਸੁਰੰਗ। ਹਾਵੜਾ ਨੂੰ ਕੋਲਕਾਤਾ ਨਾਲ ਜੋੜੇਗੀ ਇਹ ਮੈਟਰੋ। ਦੇਸ਼ ਨੂੰ ਮਿਲਿਆ ਆਪਣਾ ਸਭ ਤੋਂ ਗਹਿਰਾ ਮੈਟਰੋ ਸਟੇਸ਼ਨ। ਮੈਟਰੋ ਇੰਨੀ ਖਾਸ, ਇੱਕ ਬਟਨ ਦੇ ਨਾਲ ਫੜ ਲੈਂਦੀ ਹੈ ਰਫਤਾਰ। ਪਾਣੀ ਤੋਂ 32 ਮੀਟਰ ਹੇਠਾਂ ਬਣਾਈ ਸੁਰੰਗ ਅੰਦਰ 80 ਦੀ ਰਫਤਾਰ ਤੇ ਦੌੜੇਗੀ ਇਹ ਖਾਸ ਮੈਟਰੋ ਟ੍ਰੇਨ। ਹਰ ਇੱਕ ਕੋਚ ਦੇ ਅੰਦਰ ਲੱਗੇ ਨੇ ਸੀਸੀਟੀਵੀ। ਹੁਣ ਹਾਵੜਾ ਤੋਂ ਐਸਪਲੇਨੇਡ ਦੇ ਸਫ਼ਰ ਦਾ ਸਮਾਂ ਹੋਇਆ ਅੱਧਾ। ਅੱਜ ਪੀਐਮ ਮੋਦੀ ਨੇ ਇਸ ਅਦਭੁਤ ਮੈਟਰੋ ਦਾ ਕੀਤਾ ਉਦਘਾਟਨ। ਤਾਂ ਕੋਲਕਾਤਾ ਦੇ ਵਿੱਚ ਪਾਣੀ ਦੇ ਅੰਦਰ ਚੱਲਣ ਵਾਲੀ ਮੈਟਰੋ ਚਲਾ ਦਿੱਤੀ ਗਈ ਹੈ। ਦੇਸ਼ ਨੂੰ ਆਪਣੀ ਪਹਿਲੀ ਐਸੀ ਮੈਟਰੋ ਮਿਲੀ ਜੋ ਕਿ ਪਾਣੀ ਦੇ ਹੇਠਾਂ ਤੁਰੇਗੀ। ਇਸ ਮੈਟਰੋ ਦੇ ਵਿੱਚ ਅਲੱਗ ਅਲੱਗ ਫੀਚਰ ਤਿਆਰ ਕੀਤੇ ਗਏ ਨੇ। ਐਮਰਜੈਂਸੀ ਤੇ ਇੱਕ ਬਟਨ ਤੇ ਤੁਹਾਡੇ ਤੱਕ ਆ ਜਾਵੇਗੀ ਮਦਦ। ਤਾਂ ਦੇਸ਼ ਦੀ ਪਹਿਲੀ ਅੰਡਰ ਵਾਟਰ ਮੈਟਰੋ ਦੀ ਸ਼ੁਰੂਆਤ ਹੋ ਗਈ ਹੈ ਕੋਲਕਾਤਾ ਦੀ ਹੁਗਲੀ ਨਦੀ ਦੇ ਵਿੱਚ। ਇਸ ਨੂੰ ਤਿਆਰ ਕੀਤਾ ਗਿਆ ਹੈ। ਦੱਸ ਦਈਏ ਕਿ ਮੈਟਰੋ ਟ੍ਰੇਨ ਦੇ ਲਈ ਪਹਿਲਾਂ ਇੱਕ ਸੁਰੰਗ ਬਣਾਈ ਗਈ। ਇਸ ਸੁਰੰਗ ਦੀ ਲੰਬਾਈ 520 ਮੀਟਰ ਹੋਵੇਗੀ। ਅੱਗੇ ਤੁਸੀਂ ਵੇਖਿਆ ਹੋਣਾ ਨਦੀਆਂ ਨੂੰ ਪੁੱਲ ਦੇ ਤਾਂ ਟ੍ਰੇਨਾਂ ਪਾਰ ਕਰਦੀਆਂ ਨੇ, ਪਰ ਹੁਣ ਸੁਰੰਗ ਦੇ ਵਿੱਚੋਂ ਲੰਘਦੀ ਹੋਈ ਇਹ ਮੈਟਰੋ ਨਦੀ ਨੂੰ ਚੰਦ ਸਕਿੰਟਾਂ 'ਚ ਕਰ ਲਏਗੀ ਪਾਰ। ਨਦੀ ਦੇ ਤਲ ਤੋਂ 32 ਮੀਟਰ ਹੇਠਾਂ ਚੱਲਦੀ ਹੈ ਇਹ ਮੈਟਰੋ, ਲੋਕਾਂ ਨੂੰ ਕਰਦੀ ਹੈ ਹੈਰਾਨ। ਇਸ ਦੀ ਰਫਤਾਰ ਹੋਵੇਗੀ 80 ਕਿਲੋਮੀਟਰ ਪ੍ਰਤੀ ਘੰਟਾ। ਮੈਟਰੋ ਦੇ ਅੰਦਰ ਲੱਗਿਆ ਇਹ ਐਮਰਜੈਂਸੀ ਬਟਨ। ਇੱਕ ਬਟਨ ਦਬਾਉਣ ਦੇ ਨਾਲ ਡਰਾਈਵਰ ਨਾਲ ਸਿੱਧੀ ਕਰ ਸਕੋਗੇ ਗੱਲ। ਕੁੱਲ 16 ਕਿਲੋਮੀਟਰ ਚੱਲਣ ਵਾਲੀ ਇਹ ਮੈਟਰੋ ਟ੍ਰੇਨ ਜੋ ਕਿ ਧਰਤੀ ਦੇ ਹੇਠਾਂ ਚੱਲੇਗੀ। ਇਸ ਦੇ ਲਈ 10.8 ਕਿਲੋਮੀਟਰ ਜ਼ਮੀਨ ਨੂੰ ਖੋਦ ਕੇ ਅੰਦਰ ਸੁਰੰਗ ਤਿਆਰ ਕੀਤੀ ਗਈ ਤੇ ਪਾਣੀ ਦੇ ਹੇਠਾਂ ਜਿਹੜੀ ਸੁਰੰਗ ਤਿਆਰ ਕੀਤੀ ਗਈ ਉਸ ਦੀ ਲੰਬਾਈ ਹੈ 520 ਮੀਟਰ। ਤਾਂ ਅੱਜ ਪੀਐਮ ਮੋਦੀ ਨੇ ਸਕੂਲੀ ਬੱਚਿਆਂ ਨੂੰ ਇਸ ਟ੍ਰੇਨ ਦੇ ਵਿੱਚ ਸਫ਼ਰ ਕਰਵਾਇਆ ਅਤੇ ਇਸ ਦੇ ਨਾਲ ਹੀ ਭਾਰਤ ਨੂੰ ਮਿਲ ਗਈ ਉਸਦੀ ਸਭ ਤੋਂ ਪਹਿਲੀ ਅੰਡਰ ਵਾਟਰ ਮੈਟਰੋ ਟ੍ਰੇਨ।